स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड चौंतरा, ये दोस्तों श्री मुक्तसर साहब जिले का पिंड है ते मुक्तसर तो दोस्तों ये नेड़ ही रह जाता है। दो सड़क जिहड़ियां दोस्तों मुक्तसर वाले पास्यों एक चड़ेवान तो होके एक उदयकरण तो दोनों सड़क चौंतरे पिंड दे विच आउंदियां। पहला भी चैनल उत्ते वीडियो आपां पाई है, घर दे पशु आ दोस्तों इन्हां दे, चंगे पशु सोहने पशु रखते हैं बाई जी होरी। बाकी जिनी क गलबात वीडियो बनाने तो पहला की है तो इन्हों का हुण ध्यान जिहड़ा कुछ चैनलों उत्ते वीडियोज़ देख के चंगे सीम नाल भी होया। बाकी कुछ अज फिर जो बाई जी होरां गल्लां बातां करांगे तो कोशिश होगी कुछ जिन्ना क इन्हां कोई नॉलेज दी गल होगी वह आप सिखांगे, कुछ इन्हां नूं सिखा के जावांगे। अज दी दोस्तों जिहड़ी वीडियो बनाउणी आ उहदे विच्चों ये बूरी मझ जिहड़ी बाई जी होरां कोल सूण वाली है झोटी है दोस्तों, ये इहने सूण दे नेड़ है इहदी वीडियो बना रहे हैं। गल्लां बातां बाई जी होरां नाल करांगे, वीडियो दे विच तुहानूं रेट भी इहदा पुछ के दस्सांगे। बाकी दोस्तों नंबर इहनां दा स्क्रीन उत्ते चलूगा, उस नंबर उत्ते तुसीं कॉल करके इहनां नाल गल्लबात करोगे। सो आओ दोस्तों वीडियो नूं अगे शुरू करदे हां ते इस झोटी दी डिटेल बाई जी होरां तों लैंदे हां। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸੀ ਵੀਰੇ ਕੀ ਹੈ? ਬਾਈ ਜਸਕਰਨ ਸਿੰਘ ਹੈ ਜੀ। ਜਸਕਰਨ ਸਿੰਘ, ਹਾਂਜੀ। ਪਸ਼ੂ ਸਾਰੇ ਘਰ ਦੇ ਹੀ ਆਪਣੇ? ਹਾਂ ਘਰ ਦੇ ਹੀ ਹੈ ਆਪਣੇ। ਠੀਕ ਹੈ। ਅੱਛਾ ਇਹ ਬੂਰੀ ਝੋਟੀ ਬਾਰੇ ਦੱਸੀ ਬਾਈ ਇਹਨੇ, ਕਿੰਨਵੇਂ ਸੂਏ ਸੁਣਾ? ਇਹ ਪਹਿਲੇ ਸੂਏ ਸੁਣਾ ਬਾਈ ਜੀ ਇਹਨੇ। ਕਿੰਨਾ ਚਿਰ ਰਹਿੰਦਾ ਇਹਦੇ 'ਚ? 10 ਕੁ ਦਿਨ ਰਹਿ ਗਏ ਬਾਕੀ। 10 ਦਿਨ ਬਾਕੀ ਹੈ? ਹਾਂਜੀ। ਤੇ ਇਹ ਜਿਹੜੀ ਉੱਧਰ ਬੂਰੀ ਮੱਝ ਅੱਗੇ ਵੱਧੀ ਉਹਦੀ ਧੀ ਹੈ? ਹਾਂ ਉਹਦੀ ਧੀ ਹੈ ਜੀ ਇਹ। ਠੀਕ ਹੈ। ਤੇ ਇਹਦੀ ਮਾਂ ਥੱਲੇ ਬੂਰੀ ਥੱਲੇ ਉਹਦੇ ਥੱਲੇ ਦੁੱਧ ਕਿੰਨਾ ਕਰਦੀ? ਉਹਦੇ ਥੱਲੇ ਜੀ 14 ਪਲੱਸ ਆ ਜੀ। 14 ਪਲੱਸ, ਹਾਂਜੀ। ਠੀਕ ਹੈ। ਤੇ ਇਹਦੀ ਉਮਰ ਕਿੰਨੀ ਕੁ ਹੋਊਗੀ ਅੰਦਾਜ਼ਾ? ਇਹਦੀ ਉਮਰ ਜੀ ਬਸ 3.5 ਸਾਲ, ਚੌਗੀ ਆ ਮੂੰਹ ਜੀ। ਚੌਗੀ ਆ ਮੂੰਹ, ਹਾਂਜੀ ਚੌਗੀ। ਠੀਕ ਹੈ। ਤੇ ਟੀਕਾ ਇਹਦੇ ਕੁਛ ਪਤਾ ਕਿਹੜਾ ਭਰਾਇਆ? ਹਾਂਜੀ ਗੜਵਾਸੂ ਸਾਂ ਦਾ ਭਰਾਇਆ ਜੀ। ਮਤਲਬ ਗੜਵਾਸੂ ਮਤਲਬ ਇਹ ਅਸਲ ਚ ਲੁਧਿਆਣੇ ਦੀ ਯੂਨੀਵਰਸਿਟੀ ਹੈ, ਹਾਂਜੀ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ। ਤੇ ਅੱਛਾ ਉਹਨਾਂ ਦਾ ਸੀਮਨ ਜਿਹੜਾ ਉਹ ਭਰਾਇਆ ਪਿਆ? ਹਾਂਜੀ। ਨੀਲੀ ਰਾਵੀ ਦਾ ਭਰਾਇਆ ਜਾਂ ਮੁਰਾ ਦਾ? ਹਾਂ ਨੀਲੀ ਰਾਵੀ ਦਾ ਜੀ। ਨੀਲੀ ਰਾਵੀ ਦਾ ਭਰਾਇਆ। ਠੀਕ ਹੈ। ਤੇ ਇਹਦਾ ਰੇਟ ਬਾਈ ਜੀ ਕੀ ਕਰਦੇ ਹੋ? ਰੇਟ ਇਹਦਾ 70,000 ਕਰਦੇ ਆ। 70,000? ਅੱਛਾ ਮੌਕੇ ਤੇ ਥੋੜਾ ਬਹੁਤ ਰੇਟ ਘਟ ਜੂਗਾ? ਹਾਂਜੀ ਕੋਈ ਮਾਨ ਤਾਨ ਕਰ ਦਾਂਗੇ ਜੀ। ਠੀਕ ਹੈ ਦੋਸਤੋ, 70,000 ਰੇਟ ਹੈ ਬੂਰੀ ਝੋਟੀ ਆ, ਭਾਰੀ ਆ ਦੋਸਤੋ ਇਹ ਡੀਲ ਡੋਲ ਤੁਸੀਂ ਦੇਖ ਹੀ ਰਹੇ ਆ। ਕੱਦ ਹਾਲਾਂਕਿ ਬਹੁਤਾ ਹੈ ਨਹੀਂਗਾ ਦੋਸਤੋ, ਦਰਮਿਆਨੇ ਕੱਦ ਕਾਠ 'ਚ ਹੈ, ਪਰ ਛੋਟੀਆਂ 'ਚ ਵੀ ਨਹੀਂ ਆਉਂਦੀ, ਚੰਗੀ ਮੱਝ ਹੈ। ਬਾਕੀ ਇਹਦੀ ਮਾਂ ਦੋਸਤੋ ਸਾਹਮਣੇ ਖੜੀ ਹੈ, ਤੁਸੀਂ ਦੇਖ ਸਕਦੇ ਆ ਅੱਖਾਂ ਚਿੱਟੀਆਂ ਦੇ ਨਾਲ ਹੈ, ਉਸ ਮੱਝ ਦੀ ਇਹ ਧੀ ਹੈ। ਖੋਲੀ ਬਾਈ ਇਹਨੂੰ ਤੋੜ ਕੇ ਦੋਸਤੋ ਦਿਖਾ ਦਿੰਦੇ ਹਾਂ, ਸਿੰਘ ਬਹੁਤ ਸੋਹਣਾ ਜੋ ਮੈਂ ਸਾਹਮਣੇ ਦੇਖ ਰਿਹਾ। ਬਾਕੀ ਮੂੰਹ ਮੱਥਾ ਦੋਸਤੋ ਬਹੁਤ ਸੋਹਣਾ ਝੋਟੀ ਦਾ। ਬੂਰੀਆਂ ਝੋਟੀਆਂ ਜਾਂ ਬੂਰੀਆਂ ਮੱਝਾਂ ਦੇ ਸ਼ੌਕੀਨ ਵੀਰ ਜਿਹੜੇ ਉਹ ਜ਼ਰੂਰ ਇਹਨੂੰ ਦੇਖਣਗੇ ਅਤੇ ਪਸੰਦ ਵੀ ਕਰਨਗੇ, ਕਿਉਂਕਿ ਹਵਾਨਾ ਵੀ ਦੋਸਤੋ ਸੋਹਣਾ ਪੜਦੀ ਆਉਂਦੀ ਆ। ਪਹਿਲੇ ਸੂਏ ਸੋਹਣਾ, ਦਿਨ ਹਜੇ ਦੋਸਤੋ ਇਹਨੇ ਲੈ ਜਾਣੇ ਆ, ਕਿਉਂਕਿ ਉੱਤੋਂ ਕੋਈ ਬਹੁਤੀ ਢਿੱਲੀ ਹੋਈ ਨਹੀਂ ਗੀ। ਹਵਾਨਾ ਸੋਹਣਾ, ਥਣ ਸੋਹਣੇ ਆ, ਕੋਸ਼ਿਸ਼ ਕਰੂੰਗਾ ਦੋਸਤੋ ਜੇ ਨਾ ਡਰੀ ਤਾਂ ਤੁਹਾਨੂੰ ਇਹ ਚੰਗੀ ਤਰ੍ਹਾਂ ਦਿਖਾ ਦੂੰਗਾ, ਦੇਖ ਸਕਦੇ ਹਾਂ ਦੋਸਤੋ। ਹਜੇ ਢਿੱਲਾ ਹਵਾਨਾ ਪੱਟ ਰਹੀ ਹੈ, ਇਹਦਾ ਮਤਲਬ ਇਹ ਦੋਸਤੋ ਹਜੇ ਸੂਣ ਦੇ ਮੌਕੇ ਵੀ ਭਰੂਗੀ। ਬਾਕੀ ਸੂਕੇ ਪਸ਼ੂ ਜਦੋਂ ਚਵਾਈ ਹੋਣ ਲੱਗ ਪੈਂਦੀ ਹੈ ਉਦੋਂ ਬਾਅਦ 'ਚ ਹਵਾਨੇ ਦਾ ਰੁੱਖ ਪਹਿਲੇ ਸੂਏ ਵਾਲੇ ਪਸ਼ੂ ਜ਼ਿਆਦਾ ਬਣਾਉਂਦੇ। ਥਣਾਂ 'ਚ ਕੋਈ ਬਹੁਤੀਆਂ ਧਾਰਾਂ ਨਹੀਂ, ਥਣਾਂ 'ਚ ਬਿੱਠੀ ਚੰਗੀ ਹੈ। ਬਾਕੀ ਇਸ ਮੱਝ ਦੀ ਦੋਸਤੋ ਧੀ ਹੈ, ਇਹ ਵੀ ਤੁਸੀਂ ਦੇਖ ਸਕਦੇ ਹਾਂ, ਕੱਦ ਇਹਦਾ ਵੀ ਠੀਕ ਹੈ ਪਰ ਭਾਰੀ ਇਹ ਮੱਝ ਆਪ। ਇੱਕ ਇਹਨਾਂ ਦੀ ਖਾਸੀਅਤ ਹੈ ਜੀ, ਇਹ ਠੰਡੀਆਂ ਸੀਲ ਬਹੁਤ ਹੈ ਜੀ, ਇਹਦੀ ਮਾਂ ਵੀ ਬਹੁਤ ਸੀਲ ਹੈ। ਠੀਕ ਹੈ। ਮਤਲਬ ਸੂਣ ਦੇ ਨੇੜ ਤੱਕ ਮਿਲਦੀ ਹੈ। ਠੀਕ ਹੈ। ਤੇ ਹੱਥ ਤੇ ਹੀ ਮਿਲਦੀ ਹੈ। ਠੀਕ ਹੈ। ਹਾਂਜੀ ਕੋਈ ਬੱਚੇ ਦੀ ਪ੍ਰੋਬਲਮ ਨਹੀਂ ਗੀ ਇਹਨਾਂ ਨੂੰ ਵੀ ਬੱਚਾ ਛੱਡੋ। ਵੈਸੇ ਇਹ ਹੱਥ ਪੈ ਜਾਂਦਾ ਕਿਸੇ ਦੇ ਪਸ਼ੂ ਕੇ ਉਂਚ ਹੋ ਜਿਹੜਾ ਮਰਜ਼ੀ? ਕੋਈ ਮਰਜ਼ੀ ਬੈ ਜੇ ਇਹਨਾਂ ਦੇ ਥੱਲੇ। ਠੀਕ ਹੈ, ਮਤਲਬ ਠੰਡੀਆਂ ਸੀਲ ਮੱਝਾਂ। ਠੰਡੀਆਂ ਸੀਲ ਹੈ, ਕੋਈ ਮਰਜ਼ੀ ਬੈ ਜੇ। ਠੀਕ ਹੈ। ਇਹ ਵੀ ਹੁਣ ਝੋਟੀ ਹੈ, ਮਤਲਬ ਬਹੁਤ ਠੰਡੀ ਸੀਲ ਹੈ, ਜਿਹਨੂੰ ਮਰਜ਼ੀ ਇਹਦੇ ਹੱਥ ਲਾਈ ਚਲੋ ਥਣਾਂ ਨੂੰ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਹਾਂਜੀ ਠੀਕ ਹੈ ਬਾਈ। ਠੀਕ ਹੈ ਦੋਸਤੋ, ਇਹ ਝੋਟੀ ਬਾਈ ਜੀ ਹੋਰਾਂ ਕੋਲ ਚੰਗੀ ਹੈ, ਘਰ ਦੀ ਝੋਟੀ ਹੈ। ਬਾਕੀ ਪਸੰਦ ਤੁਸੀਂ ਆਪ ਕਰਨੀ ਦੋਸਤੋ, ਤਸੱਲੀ ਤੁਸੀਂ ਕਰ ਸਕਦੇ ਹਾਂ, ਚੰਗੀ ਝੋਟੀ ਹੈ। ਬਾਈ ਜੀ ਹੋਰੀ ਦੱਸਦੇ ਆ ਵੀ ਇਹ ਰਵਾ ਵੀ ਦੋਸਤੋ ਠੰਡਾ ਸੀਲ ਹੈ। ਬਾਕੀ ਤੁਸੀਂ ਪੈਸੇ ਲਾਉਣੇ ਆ ਹਰੇਕ ਪੱਖ ਤੋਂ ਦੋਸਤੋ, ਨਿਰਖ ਪਰਖ ਤੁਸੀਂ ਆਪ ਕਰਨੀ ਹੈ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਝੋਟੀ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ 'ਤੇ ਲੱਗਾ, ਇਸ ਨੰਬਰ ਉੱਤੇ ਤੁਸੀਂ ਕਾਲ ਕਰ ਸਕਦੇ ਹਾਂ। ਧੰਨਵਾਦ।